ਪੰਜਾਬ ਚੀਖ ਚੀਖ ਕੇ ਬੋਲ ਰਿਹਾ ਕਿ ਮੇਰੇ ਧੀਆਂ ਪੁੱਤ ਜਿਹੜੇ ਨੇ ਉਹਨਾਂ ਦੀਆਂ ਨਹਰਾਂ ਟੀਕਿਆਂ ਨਾਲ ਬਿੰਨੀਆਂ ਪਈਆਂ ਨੇ ਧੀਆਂ ਭੈਣਾਂ ਦੀਆਂ ਸਾਡੀਆਂ ਮਾਵਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਹੋ ਗਏ ਪੰਜਾਬ ਚੀਖ ਚੀਖ ਕੇ ਕਹਿ ਰਿਹਾ ਕਿ ਮੇਰਾ ਵਪਾਰੀ ਮੇਰਾ ਦਲਿਤ ਮਜ਼ਦੂਰ ਸਭ ਮਾਰੇ ਗਏ ਕੋਈ ਹੱਲ ਕਰ ਦਿਓ ਸਾਡਾ ਪਾਣੀ ਪੀਣ ਯੋਗ ਨਹੀਂ ਰਿਹਾ ਕਿਸ ਨੌਜਵਾਨ ਨੂੰ ਨੌਕਰੀ ਮਿਲੀ ਹੈ ਪੰਜਾਬ 'ਚ ਨਸ਼ਾ ਕਿੰਨਾ ਖਤਮ ਹੋਇਆ ਕਿਤੋਂ ਕਦੋਂ ਖਤਮ ਹੋਇਆ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਸੋਧੋ ਦੇ ਵਿੱਚ ਆਮ ਆਦਮੀ ਪਾਰਟੀ ਦੇ 7ਵੇਂ ਪੜਾਅ ਦੇ ਤਹਿਤ ਪੰਜਾਬ ਬੋਲਦਾ ਹੈ ਦੇ ਤਹਿਤ ਰੈਲੀ ਕੀਤੀ ਗਈ ਇਸ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਲੋਕ ਇਕੱਠੇ ਹੋਏ ਅਤੇ ਭਗਵੰਤ ਮਾਨ ਦੇ ਵੱਲੋਂ ਲੋਕਾਂ ਨੂੰ ਸੰਬੋਧਨ ਕੀਤਾ ਗਿਆ ਭਗਵੰਤ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਦਾ 7ਵਾਂ ਪ੍ਰੋਗਰਾਮ ਹੈ ਅਤੇ ਪੰਜਾਬ ਚੀਖ ਚੀਖ ਕੇ ਬੋਲ ਰਿਹਾ ਹੈ ਕਿ ਪੰਜਾਬ ਦਾ ਵਪਾਰੀ ਦਲਿਤ ਮਜ਼ਦੂਰ ਨਸ਼ੇ ਦਾ ਮੁੱਦਾ ਚੀਖ ਚੀਖ ਕੇ ਬਿਆਨ ਕਰ ਰਹੇ ਨੇ ਨਸ਼ਾ ਪੰਜਾਬ ਨੂੰ ਖਤਮ ਕਰ ਰਿਹਾ ਹੈ ਨਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਚੁੱਕਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਆਏ ਦਿਨ ਵੱਧਦਾ ਜਾ ਰਿਹਾ ਅਤੇ ਨੌਜਵਾਨ ਲਗਾਤਾਰ ਮਰ ਰਹੇ ਨੇ ਉੱਥੇ ਹੀ ਭਗਵੰਤ ਮਾਨ ਦੇ ਵੱਲੋਂ ਨਸ਼ੇ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਵੀ ਘੇਰਿਆ ਗਿਆ ਅਤੇ ਖੂਬ ਤਿੱਖੇ ਤੰਜ ਕਸੇ ਗਏ ਨੇ ਪੰਜਾਬ ਕੀ ਚਾਹੁੰਦਾ ਪੰਜਾਬ ਚੀਖ ਚੀਖ ਕੇ ਬੋਲ ਰਿਹਾ ਕਿ ਮੇਰੇ ਧੀਆਂ ਪੁੱਤ ਜਿਹੜੇ ਨੇ ਉਹਨਾਂ ਦੀਆਂ ਨਾੜਾਂ ਟੀਕਿਆਂ ਨਾਲ ਬਿੰਨੀਆਂ ਪਈਆਂ ਨੇ ਚਿੱਟੇ ਨਾਲ ਅਣਗਿਣਤ ਘਰਾਂ ਦੇ ਵਿੱਚ ਚਿੱਟੇ ਰੰਗ ਦੇ ਸੱਥਰ ਵਿਛ ਗਏ ਅਣਗਿਣਤ ਸਾਡੀਆਂ ਧੀਆਂ ਭੈਣਾਂ ਦੀਆਂ ਸਾਡੀਆਂ ਮਾਵਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਹੋ ਗਏ ਅਤੇ ਪੰਜਾਬ ਚੀਖ ਚੀਖ ਕੇ ਬੋਲ ਰਿਹਾ ਕਿ ਮੇਰਾ ਅੰਨਦਾਤਾ ਜਿਹੜਾ ਉਹ ਖੁਦਕੁਸ਼ੀਆਂ ਕਰ ਰਿਹਾ ਕਰਜ਼ੇ ਥੱਲੇ ਆ ਗਿਆ ਸਪਰੀਆਂ ਪੀ ਜਾਂਦਾ ਫਾਹੇ ਲਈ ਜਾਂਦਾ ਪਰ ਕੋਈ ਨਹੀਂ ਸੁਣ ਰਿਹਾ ਪੰਜਾਬ ਚੀਖ ਚੀਖ ਕੇ ਕਹਿ ਰਿਹਾ ਕਿ ਮੇਰਾ ਵਪਾਰੀ ਮੇਰਾ ਦਲਿਤ ਮਜ਼ਦੂਰ ਸਭ ਮਾਰੇ ਗਏ ਕਰਜ਼ੇ ਨਾਲ ਬੇਰੁਜ਼ਗਾਰੀ ਨਾਲ ਮਹਿੰਗਾਈ ਨਾਲ ਕੈਂਸਰ ਨਾਲ ਕੋਈ ਹੱਲ ਕਰ ਦਿਓ ਸਾਡਾ ਪਾਣੀ ਪੀਣ ਯੋਗ ਨਹੀਂ ਰਿਹਾ ਬਾਹਰ ਨੂੰ ਭੱਜ ਰਹੇ ਹਾਂ ਅਸੀਂ ਸੋ ਇਹ ਵਿਚਾਰ ਵਟਾਂਦਰੇ ਲੋਕਾਂ ਨਾਲ ਕਰਾਂਗੇ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਵੀ ਗਿਣਾਵਾਂਗੇ ਕਿ ਕਿਵੇਂ ਸਾਨੂੰ ਉਹ ਵੱਡੇ ਵੱਡੇ ਵਾਅਦੇ ਲਿਖ ਕੇ ਦੇ ਕੇ ਗਏ ਸੀਗੇ ਅਤੇ ਅੱਜ ਉਹ ਪਤਾ ਨਹੀਂ ਕਿਹੜੇ ਵਾਅਦੇ ਗਏ ਕਿਸ ਨੌਜਵਾਨ ਨੂੰ ਨੌਕਰੀ ਮਿਲੀ ਹੈ ਪੰਜਾਬ 'ਚ ਨਸ਼ਾ ਕਿੰਨਾ ਖਤਮ ਹੋਇਆ ਕਿਤੋਂ ਕਦੋਂ ਖਤਮ ਹੋਇਆ ਹਰ ਰੋਜ਼ ਬਲਕਿ ਵੱਧ ਗਿਆ ਬਲਕਿ ਚੌਥੀ ਪੀੜ੍ਹੀ ਨੇ ਆਤਮ ਹੱਤਿਆ ਕੀਤੀ ਭੋਦਨਾ ਪਿੰਡ 'ਚ ਇੱਕੋ ਪਰਿਵਾਰ ਦਾ ਪੰਜਵਾਂ ਜੀ ਸਾਡੀ ਚੌਥੀ ਪੀੜ੍ਹੀ ਆਤਮ ਹੱਤਿਆ ਕਰ ਰਹੀ ਹੈ ਬਾਦਲ ਅਤੇ ਕੈਪਟਨ ਆਪਣੀ ਤੀਜੀ ਪੀੜ੍ਹੀ ਨੂੰ ਰਾਜਨੀਤੀ 'ਚ ਲਿਆ ਰਹੇ ਨੇ ਲਾਂਚ ਕਰ ਰਹੇ ਨੇ ਸੋ ਹਾਕਮ ਮੌਜਾਂ ਕਰਨ ਲੋਕ ਭੁੱਖੇ ਮਰਨੇ ਜ਼ਿਆਦਾ ਦੇਰ ਨਹੀਂ ਚੱਲਦਾ ਹੁੰਦਾ ਲੋਕਾਂ ਕੋਲ ਜਦੋਂ ਜਵਾਬ ਦੇਣ ਦਾ ਟਾਈਮ ਆਊਗਾ ਲੋਕ ਜਵਾਬ ਦੇ ਦੇਣਗੇ ਭਾਸ਼ਾ ਨਾਲ ਵਿਤਕਰਾ ਹੋ ਰਿਹਾ ਜੀ ਹਿੰਦੀ ਭਾਸ਼ਾ ਦਾ ਕੀ ਕਹੋਗੇ ਉਹਦੇ ਬਾਰੇ ਖੁਦ ਤੁਸੀਂ ਦੇਖੋ ਜਿਹੜੇ ਭਾਸ਼ਾ ਦੇ ਆਧਾਰਿਤ ਸੂਬੇ ਬਣੇ ਸੀ ਬਦਕਿਸਮਤੀ ਨਾਲ ਪੰਜਾਬ ਹੀ ਕਿਹਾ ਜਿਹਾ ਸੂਬਾ ਹੈ ਜਿਹਦੀ ਆਫੀਸ਼ੀਅਲ ਲੈਂਗੁਏਜ ਦਫ਼ਤਰੀ ਭਾਸ਼ਾ ਉਹ ਪੰਜਾਬੀ ਨਹੀਂ ਹੈਗੀ ਜਿਹੜਾ ਫਗਵਾੜਾ ਅਤੇ ਜਲਾਲਾਬਾਦ ਦਾਖਾ ਅਤੇ ਮੁਕੇਰੀਆਂ ਜਿਹੜਾ ਉੱਥੇ ਮੈਂ ਦਾਖੇ ਵੀ ਜਾਇਆ ਜਲਾਲਾਬਾਦ ਵੀ ਜਾਇਆ ਮੁਕੇਰੀਆਂ ਵੀ ਜਾਇਆ ਸੋ ਫਗਵਾੜੇ ਦੀ ਵੀ ਆਨਲਾਈਨ ਦਿਨਾਂ 'ਚ ਰੈਲੀ ਕਰਾਂਗੇ ਔਰ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ ਹੈ ਅਤੇ ਸਾਰੀਆਂ ਇਲੈਕਸ਼ਨਾਂ ਜਿਹੜੀਆਂ ਵੀ ਚਾਹੇ ਸਰਪੰਚੀ ਦੀਆਂ ਚਾਹੇ ਬਲਾਕ ਸਮਤੀ ਦੀਆਂ ਸਾਰੀਆਂ ਲੜਾਂਗੇ ਹਮੇਸ਼ਾ ਉਮੀਦਵਾਰ ਪਹਿਲਾਂ ਐਲਾਨ ਦੇ ਰਹੇ ਹੋ ਐਕਟਿਵ ਕੋਈ ਕਰੋਗੇ ਪਹਿਲਾਂ ਹੀ ਹਾਂਜੀ ਕੋਰ ਕਮੇਟੀ ਦੀ ਮੀਟਿੰਗ ਹੋਊਗੀ ਆਉਣ ਵਾਲੇ ਇੱਕ ਹਫ਼ਤੇ ਦੇ ਵਿੱਚ ਅਤੇ ਵਲੰਟੀਅਰਾਂ ਨੂੰ ਪੁੱਛ ਕੇ ਜਿਹਨੂੰ ਵੀ ਉਹ ਰਿਕਮੈਂਡ ਕਰਨਗੇ